ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਵਿਛਾਵਾਂ ਮੈਂ ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਵਿਛਾਵਾਂ ਮੈਂ ਸਤਿਗੁਰ ਤੇਰੇ ਰਸਤੇ ਸਤਿਗੁਰਾਂ ਦੇ ਚਰਨਾਂ ਨਾਲ ਪ੍ਰੀਤ ਬਣ ਗਈ, ਖਿੱਚ ਬਣ ਗਈ, ਉਸ ਰਾਹ ਵੱਲ ਨੂੰ ਤੱਕਦਾ ਰਹਿੰਦਾ ਹੈ। ਕਦੀ ਨਾ ਕਦੀ ਇਸ ਰਸਤੇ ਤੋਂ ਸਤਿਗੁਰੂ ਆਉਣਗੇ। ਪਿਆਰ ਹੈ ਨਾ ਜਿਨ੍ਹਾਂ ਦੇ ਮਨ ਵਿੱਚ, ਉਹ ਫਿਰ ਔਂਸੀਆਂ ਪਾਉਂਦੇ ਨੇ। ਉਡਹੋ ਨਾ ਕਾਗਾ ਕਾਰੇ ਬੇਗ ਮਲੀਜੇ ਆਪਣੇ ਰਾਮ ਪਿਆਰ, ਔਂਸੀਆਂ ਪਾਉਣੀਆਂ ਹੈ ਕਾਵਾਂ ਉੱਡ ਜਾ, ਜੇ ਉੱਡੇਗਾ ਤੇ ਮੇਰਾ ਪਿਆਰਾ ਪ੍ਰੀਤਮ ਆਏਗਾ, ਜੇ ਨਾ ਉੱਡਿਆ ਤੇ ਨਹੀਂ ਆਏਗਾ। ਉੱਡ ਜਾ, ਉੱਡੋ ਨਾ ਕਾਗਾ ਕਾਰੇ ਬੇਗ ਮਲੀਜੇ ਆਪਣੇ ਰਾਮ ਪਿਆਰੇ, ਦਿਲ ਭਿੱਜਦਾ ਹੀ ਨਹੀਂ ਕਿਤੇ ਹੋਰ, ਹੋਰ ਨਾ ਭਿੱਜੇ ਪੱਗ ਨਾ ਮਿਸੈ ਹਰ ਦਰਸ਼ਨ ਕੀ ਆ। ਪਾਵੋ ਦੀਤ ਖੈਰ ਮੇਰੇ ਸਤਿਗੁਰ, ਸੱਚੇ ਪਾਤਸ਼ਾਹ ਕਿਰਪਾ ਕਰੋ। ਹੁਣ ਰਸਤੇ ਤੇ ਬਹਿ ਕੇ ਸੰਗਤਾਂ ਨੂੰ ਜਲ ਛਕਾਉਂਦਾ ਹੈ, ਸਾਰਾ ਦਿਨ ਆਪਣੀ ਹਿਕਮਤ ਕਰਦਾ ਹੈ, ਦਵਾਈਆਂ ਦਿੰਦਾ ਲੋਕਾਂ ਨੂੰ, ਨਾਲ ਕਹਿੰਦਾ ਮੈਂ ਤੇ ਦਵਾਈ ਦੇਣ ਵਾਲਾ ਸਤਿਗੁਰੂ ਦੇ ਅੱਗੇ ਅਰਦਾਸ ਕਰਾਂ। ਉਹ ਤੇ ਬਖਸ਼ਿਸ਼ ਉਹਨਾਂ ਨੇ ਕਰਨੀ ਹੈ, ਮਿਹਰ ਉਹਨਾਂ ਨੇ ਕਰਨੀ ਹੈ। ਪ੍ਰੀਤ ਜੁੜ ਗਈ ਹੌਲੀ ਹੌਲੀ, ਇਲਾਕਾ ਜੋੜ ਲਿਆ ਸਾਰਾ, ਸਤਿਗੁਰੂ ਦੀਆਂ ਬਾਤਾਂ ਪਾਉਂਦਾ ਬੈਠ ਕੇ, ਗੁਰੂ ਦੀਆਂ ਗੱਲਾਂ ਕਰਦਾ ਰਹਿੰਦਾ। ਮਹੀਨਾ ਲੰਘ ਗਿਆ, ਦੋ ਮਹੀਨੇ, ਸਾਲ ਲੰਘ ਗਿਆ ਪੂਰਾ ਸੇਵਾ ਕਰਦਾ। ਕਦੋਂ ਦਰਸ਼ਨ ਹੋਣਗੇ, ਕਦੋਂ ਵੇਲਾ ਆਏਗਾ। ਸਾ ਮੂਰਤ ਸਾ ਘੜੀ ਧੰਨ, ਉਹ ਧੰਨ ਹੈ ਘੜੀ ਜਦੋਂ ਗੁਰੂ ਦਾ ਦਰਸ਼ਨ ਹੁੰਦਾ।
ਦਰਸ਼ਨ ਹੋਣਗੇ। ਮੇਰਾ ਮਨ ਲੋਚਾ ਗੁਰੂ ਦਰਸ਼ਨ ਤਾਈ, ਬਿਲਕੁਲ ਕਰੇ ਚਾਤੁਰ ਕੀ ਨਿਆਈ, ਤ੍ਰਿਖਾਨਾ ਉਤਰੈ ਸ਼ਾਂਤ ਨਾਵੈ ਬਿਨ ਦਰਸ਼ਨ ਸੰਤ ਪਿਆਰੇ। ਸਮਾਂ ਲੰਘਦਾ ਜਾ ਰਿਹਾ ਪਰ ਪਿਆਰ ਵਾਲਿਆਂ ਨੂੰ ਵਿਆਕੁਲਤਾ ਕਦੋਂ, ਇੱਕ ਘੜੀ ਵੀ ਜੀਣਾ ਔਖਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲਿਆ ਪ੍ਰੈ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ। ਜਿਹਦੇ ਅੰਦਰ ਬਿਰਹੋ ਹੈ, ਜਿਹਦੇ ਅੰਦਰ ਤੜਫ ਹੈ, ਬਿਨ ਦੇਖੇ ਗੁਰ ਦਰਬਾਰੇ ਜੀ। ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਉਡੀਕਦਾ ਰਹਿੰਦਾ ਸਤਿਗੁਰਾਂ ਨੂੰ, ਕਦੋਂ ਆਉਣਗੇ ਮਹਾਰਾਜ, ਕਦੋਂ ਦੀਦਾਰ ਹੋਣਗੇ।